ਵਾਹ ਜੀ ਵਾਹ, ਰਸਗੁੱਲੇ, ਗੁਲਾਬ ਜਾਮਣ, ਆਹ ਇਹਨੂੰ ਕੀ ਕਹਿੰਦੇ? ਮੈਨੂੰ ਇਹ ਨਹੀਂ ਪਤਾ ਕਿਹੜੀ ਬਰਫੀ ਆ, ਤਾਂ ਮਿਲ ਕੇ ਹੋ ਗਿਆ ਚਿੱਟੀ ਸੰਤਰੀ ਜੀ। ਸੋ ਦੇਖ ਲਓ ਆਪਣੇ ਬੰਦਿਆਂ ਨੂੰ ਪਤਾ ਵਾ ਜੀ ਵੀ ਮੁੰਡਾ ਕੀ ਪਸੰਦ ਕਰਦਾ ਵਾ। ਮੁੰਡਾ ਪਸੰਦ ਕਰਦਾ ਵਾ ਮਿਲ ਕੇ। ਇਹ ਡੱਬੇ ਲਿਆਉਂਦੇ ਨੇ ਜੀ, ਸਹੁਰਿਆਂ ਨੇ ਅੱਜ ਉਹ ਮਿਲਣ ਆਏ ਸੀਗੇ, ਹੁਣ ਜਾ ਚੁੱਕੇ ਨੇ। ਅੱਜ ਸਾਰਾ ਦਿਨ ਬਹੁਤ ਹੀ ਭੱਜ ਦੌੜ ਦੇ ਵਿੱਚ ਨਿਕਲੇ ਆ, ਬਾਹਲੇ ਜ਼ਿਆਦਾ ਕੰਮ ਸੀ। ਤੁਹਾਨੂੰ ਪਤਾ ਜਦੋਂ ਬਾਹਰਲੇ ਦੇਸ਼ ਜਾਣਾ ਹੁੰਦਾ ਲਾਸਟ ਵਾਲੇ ਦਿਨ ਬਾਹਲੇ ਕੰਮ ਹੁੰਦੇ ਆ, ਹੁਣ ਤਾਂ ਕਰੋਨਾ ਕਰਕੇ ਹੋਰ ਵੀ ਵਧੇ ਪਏ ਨੇ। ਇੱਧਰ ਬਣ ਰਹੀ ਆ ਜੀ ਸ਼ਿਕੰਜਮੀ ਆਪਣੇ ਵਾਸਤੇ। ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਕੈਨੇਡਾ ਜਾਣ ਤੋਂ ਇੱਕ ਦਿਨ ਪਹਿਲਾਂ ਦੀ ਹੈ। ਸੋ ਆਪਾਂ ਨੂੰ ਇਹ ਦੋ ਗਿਫਟ ਦੇ ਕੇ ਗਏ ਸੀਗੇ। ਜਿਹੜਾ ਆਹ ਵਾਲਾ ਗਿਫਟ ਆ ਇਹ ਦਿੱਤਾ ਵਾ ਪ੍ਰੋਮ ਅਬਦੁਲ ਰਹਿਮਾਨ ਸਮਰਾਲਾ ਤੋਂ ਜੀ। ਇਹਨਾਂ ਨੇ ਲਿਆਂਦਾ ਸੀਗਾ ਅੰਗਦ ਵਾਸਤੇ ਗਿਫਟ, ਅਤੇ ਹੈਗੇ ਨੇ ਐਡਵੋਕੇਟ। ਇਹ ਕੱਲ੍ਹ ਮੈਨੂੰ ਮਿਲਣਾ ਸੀ ਕੱਲ੍ਹ, ਪਰ ਮੈਂ ਬਾਹਰ ਗਿਆ ਸੀਗਾ, ਮਿਲ ਨਹੀਂ ਪਾਇਆ, ਅੱਜ ਦੁਬਾਰਾ ਮਿਲਣਾ ਸੀ। ਅੱਛਾ ਠੀਕ ਆ, ਸਮਝ ਕਮਲ ਭੋਗ ਦਿੰਦੇ ਸੀ ਜਿਹੜੇ ਵੱਡੇ ਵੱਡੇ। ਹਾਂ ਇਹ ਥੱਲੇ ਵਛਾਏ ਜਾਂਦੇ ਆ ਵਧੀਆ, ਉਹਨਾਂ ਨੇ ABC ਲਿਖੀ ਹੋਈ ਆ, ਕੂੜਾ ਵਾਲਾ ਲਿਖਿਆ ਹੋਣਾ ਚਾਹੀਦਾ ਸੀ। ਨਹੀਂ ਪੰਜਾਬੀ ਫਿਰ ਥੱਲੇ ਆਊਗੀ। ਥੈਂਕ ਯੂ ਸਹੀ ਪਰ ਥੈਂਕ ਯੂ ਸੋ ਮਚ। ਤੈਨੂੰ ਪਤਾ ਜਲ੍ਹਿਆਂ ਵਾਲੇ ਬਾਗ ਦੇ ਵਿੱਚ ਹੁਣ ਕੀ ਕੀਤਾ ਵਾ? ਜਿਵੇਂ ਉੱਥੇ ਸਾਰੀ ਅੰਮ੍ਰਿਤਸਰ ਦੇ ਵਿੱਚ ਉਹ ਨਹੀਂ ਸੀਗਾ ਵੀ ਪੰਜਾਬੀ ਉੱਪਰ ਸੀਗੀ, ਫਿਰ ਦੂਜੀ ਲੈਂਗੁਏਜ ਥੱਲੇ ਸੀਗੀ, ਇੱਦਾਂ ਤਾਂ ਨਹੀਂ ਸੀਗਾ। ਇਹਨਾਂ ਨੇ ਹੁਣ ਕੀ ਕੀਤਾ ਵਾ, ਪੰਜਾਬੀ ਆਈ ਥਿੰਕ ਥੱਲੇ ਆ, ਉੱਪਰ ਪਤਾ ਨਹੀਂ ਇੰਗਲਿਸ਼ ਆ, ਪਤਾ ਨਹੀਂ ਹਿੰਦੀ ਆ। ਹਿੰਦੀ ਉੱਪਰ ਆ, ਦੂਜੇ ਦੇ ਪੰਜਾਬੀ ਆ, ਮੇਰਾ ਤੀਜੇ ਦੇ ਇੰਗਲਿਸ਼ ਆ। ਸੋ ਇਹਨਾਂ ਨੇ ਚੇਂਜ ਕੀਤਾ, ਕਿਉਂਕਿ ਉੱਥੇ ਸਾਰੀਆਂ ਦੁਕਾਨਾਂ ਵੀ ਆਪਾਂ ਦੇਖਿਆ ਨਾ, ਈਵਨ ਮੈਕਡੋਨਲਡਸ ਵਗੈਰਾ ਪੰਜਾਬੀ ਦੇ ਵਿੱਚ ਲਿਖੇ ਸੀ ਉਹਨਾਂ ਨੇ। ਤੇ ਆ ਦੂਜਾ ਗਿਫਟ ਹੈਗਾ ਜੀ, ਜਦੋਂ ਆਪਾਂ ਦਿੱਲੀ ਧਰਨੇ ਤੇ ਜਾ ਰਹੇ ਸੀਗੇ ਤਾਂ ਨਵਰੀਤ ਮਹਿਰੂਖ ਉਹਨਾਂ ਨੇ ਦਿੱਤਾ ਸੀਗਾ ਜੀ ਭੈਣ ਨੇ। ਬੜੀ ਭਾਰੀ ਆ, ਜਿਹਨੇ ਵੀ ਚੱਕਿਆ ਕਹਿੰਦਾ ਬੜਾ ਭਾਰਾ ਯਾਰ ਇਹ। ਉਹ ਕਹਿੰਦੇ ਅਸੀਂ ਗਿਫਟ ਪੈਕ ਕਰਕੇ ਰੱਖੇ ਹੁੰਦੇ ਆ, ਜਿਹੜਾ ਉਹਨਾਂ ਨੂੰ ਫੜਾ ਦਿੰਦੇ ਆ, ਦੇਖ ਰਹੇ ਸੀ ਜਦੋਂ ਚੱਕਿਆ ਸੀ ਅਸੀਂ, ਕਿਹਾ ਇਹ ਸੋਨਾ ਹੀ ਹੋਵੇ ਇਹਦੇ ਵਿੱਚ। ਡਿੱਬੇ ਵੇ ਡਿੱਬਾ, ਐਨੀ ਗੈਸਸ? ਕੋਈ ਯਾਰ ਇਹੋ ਜਿਹੀਆਂ ਚੀਜ਼ਾਂ ਆਪਣੇ ਕੋਲ ਬੋਲੀਆਂ ਹੋ ਜਾਂਦੀਆਂ ਨੇ, ਗੈਸ ਕਰਕੇ। ਪੱਥਰ ਦੀ ਕੋਈ ਚੀਜ਼ ਆ, ਕੱਪ? ਓਹ ਨਾਈਸ, ਟਿਕਟ ਬੁੱਕ ਕਰਾ ਲਈ। ਤੇ ਜਿੱਦਾਂ ਹੀ ਮੈਂ ਟਿਕਟ ਬੁੱਕ ਕਰਾਈ, ਉਦੋਂ ਅਗਲੇ ਦਿਨ ਹੀ ਡੁਬਈ ਵਾਲੀਆਂ ਟਿਕਟਾਂ ਖੁੱਲ ਗਈਆਂ। ਜਦੋਂ ਮੈਂ ਟਿਕਟ ਬੁੱਕ ਕਰਾਈ ਉਹ ਦਿਨਾਂ ਦੀ ਟਿਕਟ ਚੱਲ ਰਹੀ ਸੀ 2.5 ਲੱਖ, 3 ਲੱਖ, 2 ਲੱਖ 80, 2 20, ਹੈ ਨਾ। ਮੇਰਾ ਏਜੰਟ ਸਹੀ ਸੀਗਾ, ਤਾਂ ਉਹਨੇ ਮੈਨੂੰ ਸਹੀ ਰੇਟ ਦਿੱਤਾ, ਤਾਂ ਮੈਂ ਉਹ ਟਿਕਟ ਬੁੱਕ ਕਰਾ ਲਈ। ਉਦੋਂ ਲਾਈਕ ਮੈਨੂੰ, ਮੈਂ ਬਹੁਤ ਇਹਨਾਂ ਤੋਂ ਪੁੱਛਿਆ, ਸਭ ਤੋਂ ਸਸਤੀ ਪਈ ਸੀਗੀ ਟਿਕਟ। ਪਰ ਉਦੋਂ ਅਗਲੇ ਦਿਨ ਹੀ ਟਿਕਟ ਜਦੋਂ ਡੁਬਈ ਦੀਆਂ ਖੁੱਲ੍ਹ ਗਈਆਂ ਟਿਕਟਾਂ, ਵਾਇਆ ਡੁਬਈ ਤੁਸੀਂ ਜਾ ਸਕਦੇ ਹੋ, ਤਾਂ ਹੀ ਲੋਕਾਂ ਨੇ ਟਿਕਟਾਂ 1,40,000, 1,50,000, 1,80,000 'ਤੇ ਵੀ ਖਰੀਦੀਆਂ। ਸੋ ਇਸ ਟਾਈਮ ਬੈਸਟ ਆਪਸ਼ਨ ਚੱਲ ਰਿਹਾ ਵਾ, ਜੇ ਤੁਸੀਂ ਬੁੱਕ ਕਰਾਉਣੀ ਆ ਤਾਂ ਡੁਬਈ ਥਰੂ ਤੁਸੀਂ ਬੁੱਕ ਕਰਾ ਲਿਓ। ਬਾਕੀ ਮੈਂ ਆਪਣੇ ਏਜੰਟ ਦੀਆਂ ਡੀਟੇਲਸ ਅਗਲੀ ਵੀਡੀਓ ਦੇ ਵਿੱਚ ਦੇ ਦੂੰਗਾ, ਮੈਂ ਉਹ ਤੋਂ ਪੁੱਛ ਲੂੰਗਾ ਭਾਈ ਪਾ ਵੀ ਸਕਦਾ। ਪਰ ਜੇ ਮੈਂ ਹੁਣ ਇਹ ਟਾਈਮ 'ਤੇ ਰਿਫੰਡ ਕਰਾਉਣਾ, ਪਹਿਲਾਂ ਮੈਂ ਰਿਫੰਡ ਕਰਾਊਂਗਾ, ਫਿਰ ਜੇ ਮੈਂ ਹੁਣ ਜਿਵੇਂ ਕੱਲ੍ਹ ਹੀ ਜਾਣਾ ਵਾ ਅਗਲੇ ਦਿਨ ਦੀ ਤਰੀਕ, ਮੈਨੂੰ ਚਾਹੇ ਡੁਬਾਇਆ ਡੁਬਈ ਜਾਣਾ, ਫਿਰ ਉਹ ਮਹਿੰਗੀ ਮਿਲਦੀ ਹੁੰਦੀ ਹੈ, ਕਿਉਂਕਿ ਟਿਕਟਾਂ 'ਤੇ ਇੱਦਾਂ ਵਾ ਜਿੰਨਾ ਆਪਾਂ ਪਹਿਲਾਂ ਕਰਾ ਲਈਏ ਓਨੀ ਜ਼ਿਆਦਾ ਸਸਤੀ ਮਿਲ ਜਾਂਦੀ ਆ ਨੋਰਮਲ ਸਰਕਮਸਟਾਂਸਿਸ ਦੇ ਵਿੱਚ। ਤਾਂ ਕੈਨੇਡਾ 'ਚ ਜਾਣ ਵਾਸਤੇ ਡੁਬਈ ਦਾ ਜਿਹੜਾ ਰੂਟ ਖੁੱਲ੍ਹਿਆ ਉਹ ਆਪਣੇ ਵਾਸਤੇ ਇੱਕ ਗੁੱਡ ਨਿਊਜ਼ ਆ। ਅਤੇ ਜੇ 21 ਸਤੰਬਰ ਨੂੰ ਕੈਨੇਡਾ ਦੀਆਂ ਡਾਇਰੈਕਟ ਫਲਾਈਟਾਂ ਵੀ ਚੱਲਣ ਲੱਗ ਗਈਆਂ ਤਾਂ ਇੱਕ ਹੋਰ ਗੁੱਡ ਨਿਊਜ਼ ਹੋਊਗੀ, ਅਤੇ ਟਿਕਟਾਂ ਦਾ ਪ੍ਰਾਈਸ ਫਿਰ ਜਮ੍ਹਾਂ ਹੀ ਨੋਰਮਲ ਹੋ ਜੂਗਾ। ਅਤੇ ਇੱਕ ਤੁਹਾਡੇ ਨਾਲ ਹੋਰ ਗੁੱਡ ਨਿਊਜ਼ ਸ਼ੇਅਰ ਕਰਨੀ ਹੈ ਜੀ, ਕੈਨੇਡਾ ਦੀ ਓਲਡੈਸਟ ਬੈਂਕ, ਬੈਂਕ ਆਫ ਮੋਨਟਰੀਅਲ, ਇੱਕ ਲਿਮਿਟਡ ਟਾਈਮ ਆਫਰ ਰਨ ਕਰ ਰਹੀ ਆ ਨਿਊ ਕਮਰਸ ਵਾਸਤੇ, ਜਿਹੜੇ ਪਿਛਲੇ 5 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਮੂਵ ਹੋਏ ਨੇ ਜਾਂ ਜਿਹੜੇ ਕਹਿ ਲਓ ਹੁਣ ਮੂਵ ਹੋ ਰਹੇ ਨੇ। BMO ਕੈਨੇਡਾ ਦੀ ਸਭ ਤੋਂ ਪੁਰਾਣੀ ਬੈਂਕ ਆ, ਐਂਡ ਵਨ ਆਫ ਦ ਮੋਸਟ ਟਰਸਟਡ ਬੈਂਕਸ ਇਨ ਕੈਨੇਡਾ ਵਿਦ 200 ਈਅਰਸ ਆਫ ਹਿਸਟਰੀ ਐਂਡ ਹੈਜ਼ ਓਵਰ 900 ਬ੍ਰਾਂਚਿਸ ਐਂਡ ATMs ਇਨ ਕੈਨੇਡਾ। ਜਦੋਂ ਤੁਸੀਂ ਬੈਂਕ ਅਕਾਊਂਟ ਓਪਨ ਕਰੇਂਗੇ ਥਰੂ BMO ਨਿਊ ਸਟਾਰਟ ਪ੍ਰੋਗਰਾਮ, ਤੁਸੀਂ ਅਰਨ ਕਰ ਸਕਦੇ ਹੋ ਅਪ ਟੂ $600 ਇਨ ਵੈਲਿਊ। ਹੁਣੇ ਆਪਾਂ ਆਫਰ ਦਾ ਬ੍ਰੇਕਡਾਊਨ ਕਰਦੇ ਹਾਂ ਜੀ। ਤੁਹਾਨੂੰ ਮਿਲੂਗਾ $300 ਕੈਸ਼ ਬੋਨਸ ਜਦੋਂ ਤੁਸੀਂ ਬੈਂਕ ਅਕਾਊਂਟ ਵਾਸਤੇ ਸਾਈਨ ਅਪ ਕਰੋਗੇ। $50 ਕੈਸ਼ ਬੋਨਸ ਫਰੋਮ ਫੈਮਿਲੀ ਬੰਡਲ ਜਦੋਂ ਤੁਸੀਂ ਆਪਣੇ ਫੈਮਿਲੀ ਮੈਂਬਰ ਨੂੰ ਆਪਣੇ ਪਲਾਨ ਦੇ ਵਿੱਚ ਐਡ ਕਰੋਗੇ। $203.40 ਸੇਵਿੰਗਸ ਕਿਉਂਕਿ ਤੁਹਾਡੀ ਪਹਿਲੇ ਸਾਲ ਕੋਈ ਮੰਥਲੀ ਬੈਂਕਿੰਗ ਫੀਸ ਨਹੀਂ ਹੈਗੀ ਐਜ਼ ਅ ਪਲਾਨ ਹੋਲਡਰ। $60 ਸੇਵਿੰਗਸ ਫਰੋਮ ਨੋ ਫਸਟ ਈਅਰ ਐਨੂਅਲ ਫੀ ਔਨ ਸੇਫਟੀ ਡਿਪੋਜ਼ਿਟ ਬਾਕਸ। ਸਿਰਫ ਇਹੀ ਨਹੀਂ, ਇਸ ਤੋਂ ਇਲਾਵਾ ਤੁਹਾਨੂੰ ਮਿਲੂਗਾ 3GB ਬੋਨਸ ਡੇਟਾ ਫਾਰ 12 ਮੰਥਸ ਵੈਨ ਯੂ ਐਕਟੀਵੇਟ ਸਲੈਕਟ ਚੈਟਰ ਮੋਬਾਈਲ ਪਲਾਨਸ। ਆਫਰ ਇਜ਼ ਸਬਜੈਕਟਡ ਟੂ ਟਰਮਸ ਐਂਡ ਕੰਡੀਸ਼ਨ, ਇੱਕ ਲਿਮਿਟਡ ਟਾਈਮ ਆਫਰ ਆ, ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਵਾ, ਹੁਣੇ ਜਾਵੋ, ਕਲਿੱਕ ਕਰੋ ਅਤੇ ਆਪਣਾ ਅਕਾਊਂਟ ਓਪਨ ਕਰੋ ਐਂਡ ਇੰਜੋਏ ਦਾ ਬੈਨੀਫਿਟਸ ਆਫ BMO ਨਿਊ ਸਟਾਰਟ ਪ੍ਰੋਗਰਾਮ। ਅਤੇ ਹੁਣ ਆਪਾਂ ਕਰਦੇ ਹਾਂ ਮੇਨ ਕੰਮ, ਜਦੋਂ ਕਿਤੇ ਵੀ ਜਾਣਾ ਤਾਂ ਸਭ ਤੋਂ ਮੇਨ ਕੰਮ ਹੈ ਜੀ ਪੈਕਿੰਗ ਕਰਨੀ। ਸੋ ਆਪਾਂ ਪੈਕਿੰਗ ਕਰਨ ਲੱਗਦੇ ਹਾਂ, ਅਤੇ ਪੈਕਿੰਗ ਮੈਂ ਨਹੀਂ ਕਰਨੀ, ਮੈਂ ਤਾਂ ਥੋੜ੍ਹਾ ਜਿਹਾ ਥੱਕਿਆ ਹੋਇਆ ਵਾ। ਪੈਕਿੰਗ ਆਪਾਂ ਸਾਰੇ ਜਾਣੇ ਹਮੇਸ਼ਾ ਹੀ ਤਰ੍ਹਾਂ ਮਿਲ ਕੇ ਕਰਾਂਗੇ, ਮੋਸਟਲੀ ਤਾਂ ਆਈ ਥਿੰਕ ਮੇਰਾ ਸਮਾਨ ਤਾਂ ਉਹੀ ਘੱਟ ਹੀ ਹੋਊਗਾ। ਦੇਖਿਓ ਸਮਾਨ ਦੇਖਦੇ ਹਾਂ ਕਿਹੜੇ ਕਿਹੜੇ ਨੇ, ਕਿਉਂਕਿ 2 ਅਟੈਚੀ ਮੈਨੂੰ ਅਲਾਊਡ ਨੇ।
ਓਏ ਸਟਾਈਲ ਪੈਕਿੰਗ ਦੀ ਤਿਆਰੀ ਹੋ ਚੁੱਕੀ ਹੈ ਜੀ ਸ਼ੁਰੂ ਚੁੱਕੀ ਹੈ ਪੈਕਿੰਗ ਦੀ ਤਿਆਰੀ ਜੇ ਚੁੱਕੀ ਆ ਨਹੀਂ ਸ਼ੇਅਰ ਅਤੇ ਆਹ ਚਾਦਰ ਮੈਂ ਚੂਜ਼ ਕੀਤੀ ਹੈ ਤੁਸੀਂ ਦੱਸੋ ਵੀ ਚਾਦਰ ਤੁਹਾਨੂੰ ਕਿਵੇਂ ਲੱਗੀ ਇਟਸ ਅ ਵੈਰੀ ਗੁੱਡ ਟੈਕਸਚਰ ਗਾਈਸ ਬਹੁਤ ਹੀ ਮੁਲਾਇਮ ਮੁਲਾਇਮ ਕੱਪੜਾ ਬੰਦਾ ਪਿਆ ਕਰੂਗਾ ਇਹਦੇ ਉੱਤੇ ਤਿਲਕ ਕੇ ਬੈੱਡ ਤੋਂ ਥੱਲੇ ਰੋਟੀ ਚ ਕੀ ਪਾਤਾ ਸੀਗਾ ਦੰਦ ਸਾਹ ਤੋਂ ਬਾਅਦ ਖੁਸ਼ ਇਹ ਆ ਘਰ ਤੇ ਕਾਬਜਾ ਹੋ ਗਿਆ ਨਾ ਹਾਲੇ ਮੈਂ ਮੰਮੀ ਉਹਨਾਂ ਦੀ ਸਪੋਰਟ ਦੇ ਵਿੱਚ ਖੜਾ ਰਹਿੰਦਾ ਸੀਗਾ ਕੁਛ ਚੀਜ਼ਾਂ ਨੇ ਜਿਹੜੀਆਂ ਮੈਂ ਇੰਡੀਆ ਤੋਂ ਲੈ ਜਾਂਦਾ ਹੁੰਦਾ ਜਿਹੜੀਆਂ ਉੱਥੇ ਇੱਕ ਤਾਂ ਲੱਭਣੀਆਂ ਔਖੀਆਂ ਨੇ ਪਲੱਸ ਕੋਸਟਲੀ ਨੇ ਅਤੇ ਜਿਵੇਂ ਇਹਦੇ ਵਿੱਚ ਹੋ ਗਿਆ ਜੀ ਤੁਹਾਡੇ ਲਈ ਵੀ ਇਹ ਟਿਪਸ ਨੇ ਤੁਸੀਂ ਅੱਖਾਂ ਵਾਲੀਆਂ ਦਵਾਈਆਂ ਜ਼ਰੂਰ ਲੈ ਜਾਓ ਕੋਈ ਵੀ ਚੀਜ਼ ਲੈ ਕੇ ਜਾਣੀ ਹੈ ਐਕਸਪਾਇਰੀ ਡੇਟ ਦੇਖੋ ਵੀ ਐਂ ਤਾਂ ਨਹੀਂ ਹੈਗਾ 6 ਮਹੀਨਿਆਂ ਨੂੰ ਐਕਸਪਾਇਰੀ ਹੋ ਰਹੀ ਹੈ ਮੈਂ ਜਿੰਨੀਆਂ ਦੇਖ ਕੇ ਆਇਆ ਮੈਂ 2023 ਦੀ ਆ ਅਖੀਰਲੇ ਮਹੀਨੇ ਦੀ ਐਕਸਪਾਇਰੀ ਆ ਸੋ ਦੋ ਆਈ ਫਰੈਸ਼ਨਰ ਲੈ ਲਈ ਜੀ ਆਪਾਂ ਰਿਫਰੈਸ਼ਨਰ ਰਿਫਰੈਸ਼ ਡਰੋਪਸ ਅਤੇ 2 ਲੈਣੀਆਂ ਜੇ ਅੱਖਾਂ ਦੇ ਵਿੱਚ ਐਲਰਜੀ ਹੋ ਜੇ ਕਿਉਂਕਿ ਆਪਣਾ ਕੰਮ ਹੁੰਦਾ ਜੀ ਕੰਪਿਊਟਰ ਦਾ ਜਿਹੜੇ ਬੱਚਿਆਂ ਨੇ ਵੀ ਪੜ੍ਹਨਾ ਵਾ ਵੈਸੇ ਵੀ ਉੱਥੇ ਨੀਂਦ ਕਈ ਵਾਰੀ ਘੱਟ ਜਾਂਦੀ ਹੈ ਕਿਉਂਕਿ ਕੰਮ ਕਰਨਾ ਇੰਨਾ ਕੁਛ ਕਰਨਾ ਹੁੰਦਾ ਨਾ ਬੰਦੇ ਸੌਂਦੇ ਘੱਟ ਨੇ ਸੋ ਜ਼ਰੂਰ ਜ਼ਰੂਰ ਇਹ ਚੀਜ਼ਾਂ ਲੈ ਕੇ ਜਾਓ ਅਤੇ ਨਾਲ ਜਦੋਂ ਬਾਹਰ ਜਾਂਦੇ ਹਾਂ ਆਪਾਂ ਉੱਥੇ ਪਾਣੀ ਚੇਂਜ ਹੁੰਦਾ ਵਾ ਆਪਾਂ ਗਰਮ ਪਾਣੀ ਦੇ ਨਾਲ ਨਹਾਉਂਦੇ ਹਾਂ ਤਾਂ ਬਹੁਤ ਜਾਣਿਆਂ ਨੂੰ ਖੁਜਲੀ ਹੋ ਜਾਂਦੀ ਹੈ ਖਾਜ ਹੁੰਦੀ ਰਹਿੰਦੀ ਆ ਸੋ ਆਹ ਇੱਕ ਤਰੀਕੇ ਦਾ ਕਹਿ ਲਓ ਪਤਾ ਨਹੀਂ ਕੀ ਹੈ ਬੈਟਨੋਵੇਟ ਐਨ ਅਤੇ ਅੱਜ ਆਪਾਂ ਇੱਕ ਘੈਂਟ ਗੱਲ ਕੀਤੀ ਆਹ ਮੇਰਾ ਸੀਗਾ ਪੁਰਾਣਾ ਬਟੂਆ ਇਹ ਬਹੁਤ ਹੀ ਲੱਕੀ ਬਟੂਆ ਵਾ ਇਹ ਖਤਮ ਹੋਇਆ ਪਿਆ ਵਾ ਜਮ੍ਹਾਂ ਹੀ ਚਾਰੇ ਪਾਸੇ ਫਟਿਆ ਪਿਆ ਵਾ ਅੱਜ ਆਪਾਂ ਬਟੂਆ ਅਪਗ੍ਰੇਡ ਕਰਤਾ ਜੀ ਇਹ ਲੱਕੀ ਬਟੂਆ ਸੀ ਇਹਨੂੰ ਆਪਾਂ ਸਾਂਭ ਕੇ ਰੱਖਣਾ ਦੇਖ ਲਿਆ ਇਹਨਾਂ ਨੂੰ ਜਿਵੇਂ ਪਤਾ ਹੀ ਸੀ ਹੈ ਨਾ ਯੂਰੋ ਲਿਖਿਆ ਹੋਇਆ ਯੂਰੋ ਹੈ ਨਹੀਂ ਯੂਰੋ ਕਾਰਡ ਮਾਸਟਰ ਕਾਰਡ ਇਹਦੇ ਵਿੱਚ ਨੰਬਰ ਵੀ ਆ ਅਤੇ ਆਪਾਂ ਨਵਾਂ ਬਟੂਆ ਲਿਆਉਂਦਾ ਵਾ ਕਾਫੀ ਜਾਣੇ ਪੁੱਛਦੇ ਰਹਿੰਦੇ ਆ ਵੀਰੇ ਤੇਰੀ ਉਮਰ ਕਿੰਨੀ ਆ ਉਮਰ ਕਿੰਨੀ ਆ ਆਹ ਦੇਖੋ ਯਾਰ ਮੇਰਾ ਡਰਾਈਵਿੰਗ ਲਾਇਸੈਂਸ ਆ ਸੋ ਤੁਸੀਂ ਹੁਣ ਆਪੇ ਹਿਸਾਬ ਲਾ ਲਿਓ ਵੀ ਮੇਰੀ ਉਮਰ ਕਿੰਨੀ ਕਿਹੜੀ ਸਾਲੀ ਚ ਬਣਿਆ ਸੀ ਇਹ ਉਹ ਟਾਈਮਾਂ ਦੇ ਵਿੱਚ ਦੇਖੋ ਇਹ ਕਾਗਜ਼ ਵੀ ਇੰਨੀ ਮਾੜੀ ਕੁਆਲਿਟੀ ਦਾ ਔਰ ਸਾਰੇ ਵੀ ਜਦੋਂ ਮੈਨੂੰ ਰੋਕ ਲੈਂਦੇ ਆ ਤਾਂ ਉਹ ਪੁੱਛਦੇ ਹੁੰਦੇ ਆ ਵੀ ਓਰੀਜਨਲ ਆ ਪਤਾ ਨਹੀਂ ਕਾਪੀ ਦੇ ਵਿੱਚ ਉਹ ਮੈਨੂੰ ਚੰਡੀਗੜ੍ਹ ਚ ਵੀ ਰੋਕ ਲੈਣਾ ਜੇ ਕਿਤੇ ਵੀ ਕੋਈ ਰੋਕਦਾ ਤਾਂ ਮੰਨਦਾ ਨੀ ਕਿਹਾ ਤਾਂ ਪੂਰਾ ਇਨਵੈਸਟੀਗੇਟ ਕਰਦੇ ਆ ਜਦੋਂ ਆਪਣੇ ਵਾਲੇ ਜਾਂਦੇ ਹੁੰਦੇ ਆ ਜੇ 2 ਟੈਚੀ ਆ ਤਾਂ ਜਿਹੜਾ ਬੰਦਾ ਜਾ ਰਿਹਾ ਹੁੰਦਾ ਉਹਦਾ ਵਿਚਾਰੇ ਦਾ 1 ਅਟੈਚੀ ਹੁੰਦਾ ਕਈ ਵਾਰ ਉਹ ਤੋਂ ਵੀ ਘੱਟ ਹੁੰਦਾ ਸੋ ਆਪਣੇ ਨਾਲ ਵੀ ਹਮੇਸ਼ਾ ਇੱਦਾਂ ਹੀ ਹੁੰਦੀ ਆ 1 ਅਟੈਚੀ ਵਿੱਚ ਤਾਂ ਆਈ ਥਿੰਕ ਸ਼ਰਨ ਦਾ ਸਮਾਨ ਹੋਊਗਾ ਅੰਗਦ ਦਾ ਭੂਆ ਜੀ ਦਾ ਆਹ ਕੀ ਆ ਵੀ ਤੇਰੇ ਹੱਥ 'ਚ ਇਹ ਰਿੱਕੀ ਨੇ ਮੰਗਾਇਆ ਲੌਂਗਾ ਵਾਲਾ ਟੁੱਥਪੇਸਟ ਰਿੱਕੀ ਵਾਲਾ ਚੰਦਰਾ ਓਏ ਲੈ ਇਹ ਜਿਹਾ ਜਿਹਾ ਕੀ ਖਾਸੀਅਤ ਆ ਕਲੋਵਸ ਨੇ ਕਲੋਵਸ ਵਾਲਾ ਕਲੋਵਸ ਆਏ ਲੌਂਗਾ ਵਾਲਾ ਮੈਂ ਵੀ ਇਹੀ ਵਰਤਦੀ ਆ ਡੈਡੀ ਤੁਸੀਂ ਚੁੱਪ ਚੁੱਪ ਬੈਠੇ ਹੋ ਮਜ਼ਬੂਤ ਹੁੰਦੀ ਆ ਨਾਲੇ ਪਲਾਸਟਿਕ ਐਨਵਾਇਰਨਮੈਂਟ ਲਈ ਵੀ ਵਧੀਆ ਨਹੀਂ ਹੁੰਦੀ ਹੈਗੀ ਉਹਦਾ ਮੁੱਠਾ ਕਾਹਦਾ ਵਾ ਗੁੱਡ ਵੀ ਆ ਸਾਰੇ ਪਾਸੇ ਉਹਦਾ ਮੁੱਠਾ ਕਾਹਦਾ ਵਾ ਰਮਨ ਇਹ ਰਹੋ ਆ ਕਰੋ ਵੀ ਪੈਕ ਸਮਾਨ ਸਾਰਾ ਮੈਂ ਕਿ ਬਾਹਲੀ ਜ਼ਿਆਦਾ ਖੁਸ਼ ਆ ਚੱਕਰ ਕੀ ਆ ਡੈਡੀ ਸਾਈਡ ਨੇ ਦੇਖ ਵੀਡੀਓ ਚ ਕਿਵੇਂ ਦਿਖਾਉਂਦੇ ਆ ਵੀ ਭੂਆ ਸਮਾਨ ਮੰਗਾਉਂਦੀ ਆ ਜਿਹੜੀ ਪਿਛਲੇ ਸਾਲ ਫੀਡਬੈਕ ਮਿਲੀ ਸੀ ਉਹਦੇ ਮੁਤਾਬਕ ਵੀ ਲੋਕ ਤਾਂ ਉੱਥੇ ਜਾ ਕੇ ਭਾਂਡੇ ਉੱਥੋਂ ਇੱਧਰ ਲਿਆਉਂਦੇ ਤੁਸੀਂ ਇੱਧਰ ਉੱਧਰ ਲੈ ਕੇ ਜਾਂਦੇ ਹੋ ਸੋ ਇਸ ਲਈ ਭਾਂਡੇ ਆਪਾਂ ਘਟਾ ਤੇ ਥੋੜੇ ਜਿਹੇ ਹੀ ਨੇ
छेती भर लगे समान खासा पिया वा हले होर भी है रवि ने कहता बस बहुत जिहड़े पहला पहला जांदे आ तां आपां नूं कई वारी पता नहीं हुंदा वी किहड़ा किहड़ा समान आपां टैचियां दे विच पाउणा वा। तुसीं कोई भी दवाई लैके जाणी आ जां किसे ने तुहानूं दवाई फड़ाई आ तां बंदा डॉक्टर तों लिखा के लियावे वी भाई इह दवाई इहदी आ मैं इहनूं अपरूव करदा वा इंटरनेशनली इह ट्रांसफर भी इहनूं लैके जा सकदा वा। कई वार बंदे की करदे तुहानूं कैप्सूल दे जाणगे पर उह कैप्सूल खोल के विच ड्रग भर दिंदे आ। सो इस करके दवाई किसे दी लैके जाणी अवॉइड करो, पर जे थोड़े रिश्तेदार खास आ थोड़ा भरोसा हैगा वा तो उन्होंने लै जाओ। कई बार की होंगे लोग उत्थे फड़ा देंगे थोड़ू कस्टम के यार आ मेरी पत्ते ने मेरा भार वध गया प्लीज़ आ इन्ना कि मेरा डब्बा कढ़ा दे। सो कदे यह जी गलती ना करो जी, क्योंकि जे तुसीं उत्थे फड़े गए तो थोड़ा फाइन भी आऊगा बनती सज़ा भी हो सकती है, उत्थे ओह सारा कुछ थोड़ा नबेड़ा कर देना उन्होंने। बाकी होर भी कई प्रोडक्ट्स ने जिवें इधरों आपां बीज लै जांदे आ कई लोग, सो बीज नहीं लैके जाने हैगे जी। इहो जिहियां चीज़ां कोई भी एनीमल प्रोडक्ट्स नहीं लैके जाना, क्योंकि इहनां दे विच की हुंदा एक जड़ी बूटी आ जिन्हें उरे एक कह लो भी जहरीली जड़ी बूटी आपां दूजे देश नहीं लैके जा सकते हैगे। इस करके उह की करदे वी कोई भी बीज ना लैके आओ, क्योंकि उन्हां नूं की पता बीज कहदा वा। इसे तरीके दे जिहड़े एनीमल प्रोडक्ट्स हुंदे आ मीट हुंदा वा पोर्क हुंदा वा कुछ भी चीज़ होगी है ना, ये की होंगे ये बैक्टीरिया होंगे जिदे हम थोड़ा पता ही है भी करोना की कहें भी कि जानवर तो आई है ना। सो वो बैक्टीरिया उत्तों भी डिजीज हो सकती है। सो आम मिठाई यह चीज़ा जानी लैके जाना अवॉइड करो जो हो सकता वा। ऐ तो सारे मिठा डब्बे वगैरह सारे लैके जाते हैं मिल्क प्रोडक्ट्स लैके जाते हैं, पर जो फड़न तो आना तो कर सकते हो तो उन्होंने कह दो भी दरिया दिली आ जा कुछ मर्जी आ वो नहीं कहते हैं कुछ बहुत ध्यान, पर जो कोई फस जाए तो बस फिर वो फिर उन्होंने उत्थे फाइन लगता वा। एक शो आ बॉर्डर सिक्योरिटी फोर्स समथिंग करके वो सारे दिखाते हैं भी जेडे कैनेडा दे विच फड़दे आ ते जेडे वख वख देशां दे विच फड़दे आ ते लोक आपा सारे इहो जिहा समान लै आउंदे आ पर फिर उत्थे जाके बहुत परेशानी हुंदी आ। उसे प्रकार नाल जेडे अपने लाइक चार्जर हुंदे आ पावर बैंक हुंदे आ इहनूं आपा टैची दे विच नहीं पा सकते, जे टैची दे विच पाता तां मोस्ट प्रोबेबली उन्हां ने कढ़ ही लैणा वा तुहानूं दसना भी नहीं, क्योंकि तुसीं जानू जहाज चुने हो बोर्ड इन कर चुके होंगे चैक इन वगैरह सारा कुछ हो चुके होंगे। सो सीधा ही कढ़ लैंदे आ। सो ये चीज़ों का थोड़ा जिहा ध्यान रखियो भी किहड़ा समान कित्थे पाउणा वा ते किवें लैके जाणा वा। लैके तो बहुत चले जाते हैं पर बहुत बार रिस्क भी होंगे, जे तुसीं पैसे $10 तो वध लैके जा रहे हो तो डिकलेयर कर दो। जे मिठाई भी हैगी जो थोड़ा शक जहा पैंदा मैं रोकणगा अपने पहले डिकलेयर कर दो क्या भी यार मेरे को समान हैगा वा, जे तुसीं डिकलेयर करता तो कढ के रख लेंदे पर उहदे फिर बड़ा फाइन फूइन नहीं लाउंदे हैगे। अज का सैक्शन यही पे समाप्त होता है, छोटी छोटी मगर मोटी बातें। आह अंगद दी टोपियां ने पता नहीं जिहदियां पता नहीं शरण दियां ने शरण दियां ने ओ ठीक है। हां अंगद दी मम्मी बुन के नानी बुन के दे के गई है। आ हैगा अंगद दा कप, ये तेनू कोई दे के गया सी गिफ्ट, ये अपन हुण अंगद नूं भेज देना है क्योंकि चमकदा बहुत है जदों इहदे विच पानी वगैरह पा देंदे आ। ते एक अपा टोपी विच पा दी कप टोपी दे ऊपर ऊपर तां पाया कप नूं ठंड ना लगे। वैसे डैडी टोपी पाउण च ज्यादा तेज ने पर अज मम्मी ने पाती ओ मम्मी तां पाया कि कप नूं ठंड ना लगे। वी हैव अ डिजिटल स्केल चेक द वेट ओके आज जब बंदा काम लगदा वा आल्स उथे जावे चीजां दे बड़ा जोर दवाए ने पी टी कई बंदे सारा जोर इत्थे ला दिंदे हां ऐ जे बस पीस कोंदे सर जिथे मैं जे उथे बड़ा कर रहे सी हुण कई बंदे जिवें ਜਾਂਦਾ ਪਹਿਲੀ ਵਾਰ ਉਹਨਾਂ ਨੇ ਇਹੀ ਚੀਜ਼ ਬਸ ਉਹਨਾਂ ਨੇ ਬਾਕੀ ਸਾਰਾ ਕੁਝ ਦਿਮਾਗ ਚੋਂ ਨਿਕਲਿਆ ਉਹਨਾਂ ਨੇ ਬਸ ਕੋਈ ਵੀ ਜਿਹੜਾ ਪੀ ਟੀ ਇੱਕ ਦੋ ਵਾਰ ਕਰਦੇ ਉਹਨਾਂ ਨੇ ਪੂਰਾ ਜੋੜ ਦੇਣਾ ਪੰਚੂਅਰ ਪੰਚੂਅਰ ਇਹ ਕਰਕੇ ਕੀ ਦਿਖਾ ਰਹੇ ਸੀਗੇ ਤੁਸੀਂ ਇਹ ਹੈਗਾ ਆਪਣਾ ਡਿਜੀਟਲ ਸਕੇਲ ਇਹ ਚੈੱਕ ਕਰਨ ਲਈ ਅਤੇ ਦੋ ਨੇ ਆਪਣੇ ਅਤੇ ਦੂਜਾ ਵਾ ਇੰਨਾ ਸੂਤ ਨਹੀਂ ਹੈਗਾ ਇਹ ਵਧੀਆ ਵਾ ਬੈਲਟ ਹੀ ਪੈ ਜਾਂਦੀ ਆ ਅਤੇ ਤੁਹਾਨੂੰ ਦਿਖਾਉਂਦੇ ਹਾਂ ਜੀ ਉਹ ਤਾਂ ਚੱਕ ਦੇਗਾ ਮੈਂ ਚੱਕਾਂ ਔਰ ਦੇਖੇ ਵੀ ਬੇਲ ਤੁਹਾਨੂੰ ਇਹਦੀ ਡੈਡੀ ਕਪੈਸਿਟੀ ਹੈ ਥੋੜ੍ਹੀ ਆ ਨਹੀਂ ਤਾਂ ਚਾਹੇ ਤੁਸੀਂ ਵੀ ਬੈਗ 'ਤੇ ਬਹਿ ਜਾਂਦੇ 19 ਕੁਛ ਆ ਕਿਸੇ ਪਲੇਨ ਦੇ ਵਿੱਚ ਇੱਕ ਅਟੈਚੀ ਆ
ਕਿਸੇ 'ਚ ਦੋ ਟੈਚੀ ਨੇ, ਕਿਸੇ 'ਚ 20 ਕਿਲੋ ਵਾਲੇ ਵੀ ਨੇ। ਹੈਂਡ ਬੈਗ ਯੂਜੂਲੀ ਹੁੰਦਾ ਵਾ, ਹੈਂਡ ਬੈਗ ਜਿਹੜੇ ਪੁਰਾਣੇ ਆ 7 ਕਿਲੋ ਦੇ ਰਹੇ ਨੇ, ਜਾਂ ਕਮਨ ਭੂਆ ਜਾਂ ਉਹ ਤੋਂ ਪਹਿਲਾਂ ਹੋਰ ਗਏ, 4 ਟੈਚੀ ਹੁੰਦੇ ਸੀ ਉਦੋਂ ਨਾ, 32 ਕਿਲੋ ਦੇ ਹੁੰਦੇ ਸੀ ਨਾਲੇ, ਤੇ ਟੈਚੀ ਵੀ ਜ਼ਿਆਦਾ ਸੀ ਉਹ। ਇੰਨਾ ਹੁਣ ਕਹਿੰਦੇ ਨੇ, ਕਹਿੰਦੇ ਹੁਣ ਤਾਂ ਫਿਰ ਲੈ ਕੇ ਨਹੀਂ ਜਾਊਂਗਾ, ਕਹਿੰਦੇ ਪਹਿਲਾਂ ਅਸੀਂ ਭਰ ਭਰ ਕੇ ਸਮਾਨ ਇੰਡੀਆ ਲੈ ਕੇ ਜਾਣਾ, ਉਹ ਤਾਂ ਬੜਾ ਕਰੇਜ਼ ਹੁੰਦਾ ਸੀ ਨਾ ਬਾਅਦ ਸਮਾਨ ਲਿਆਉਣ ਦਾ ਵੀ। ਹਾਂ, ਸਾਰੇ ਟੈਚੀਆਂ ਦੇ ਆਲੇ ਦੁਆਲੇ ਬੈਠੇ ਹੁੰਦੇ ਸੀ, ਭਰ ਭਰ ਕੇ ਲਿਆਉਣੇ ਟੈਚੀ ਪੂਰੇ। ਹੁਣ ਤਾਂ ਯਾਰ ਕੈਨੇਡਾ ਆਮ ਹੋ ਗਿਆ ਨਾ ਬਾਹਰਲੇ ਦੇਸ਼, ਪਹਿਲਾਂ ਹੁੰਦਾ ਸੀ ਕਰੇਜ਼, ਹੁਣ ਤਾਂ ਜਮੀ ਆਮ ਜੀ ਗੱਲ ਕੀਤੀ ਪਈ ਹੈ। ਤਾਂ ਹੀ ਤਾਂ ਬੱਬੂ ਬਾਨ ਨੇ ਕਿਹਾ ਸੀ ਪਤਾ ਨਹੀਂ ਕਰੇ ਸੀ ਕਿਉਂ ਵਲੈਤ ਲਈ, ਤੇ ਹੁਣ ਤਾਂ ਬਸ ਸਾਰੀਆਂ ਪੰਜਾਬ ਚ ਕੁਆਰੀਆਂ ਚੰਡੀਗੜ੍ਹ ਹੀ ਬਣਾਤਾ ਕੈਨੇਡਾ। ਚੱਕੋ ਸੂਟ ਤੇ ਸੂਟ ਉਹਨਾਂ ਨੇ, ਜੇ ਉਹਨਾਂ ਨੇ ਮੇਰੇ ਟੈਚੀ ਖੋਲ੍ਹਣੇ, ਉਹਨਾਂ ਕਹਿਣਾ ਇਹ ਬੜਾ ਰੰਗੀਨ ਬੰਦਾ ਲੱਗਦਾ ਇੰਨੇ ਸੂਟ ਲਈ ਦੱਸਦਾ। ਸੋ ਜੀ ਹੋ ਗਈ ਆਪਣੀ ਪੈਕਿੰਗ ਖਤਮ, ਟੈਚੀ ਲਾ ਤੇ ਖੁੰਜੇ, ਕਾਫੀ ਸਮਾਨ ਰਹਿ ਵੀ ਗਿਆ ਭੂਆ ਜੀ ਦਾ, ਲੈ ਕੇ ਜਾਣਾ ਸੀਗਾ ਦੂਜੇ ਭੂਆ ਜੀ ਦਾ, ਉਹ ਇਹਦੇ ਵਿੱਚ ਆਇਆ ਨਹੀਂ ਹੈਗਾ ਕਿਉਂਕਿ 23 ਕਿਲੋ ਫੁੱਲ ਹੋ ਗਿਆ। ਬਾਕੀ ਆਪਾਂ ਕੱਲ੍ਹ ਨੂੰ ਦੁਬਾਰਾ ਜੋਕ ਲਾਂਗੇ ਜੇ ਕੋਈ ਵਧੀਆ ਘਟਿਆ। ਮੇਰਾ ਲਾਇਸੈਂਸ ਚੈੱਕ ਕਰ ਰਿਹਾ, ਲਾਇਸੈਂਸ ਦੇ ਕੇ ਤੁਸੀਂ ਘੱਟ ਲੈ ਦੇਗੇ, ਤੁਹਾਨੂੰ ਪਿਛਲੀ ਫੋਟੋ ਦਿਖਾ ਦੇ ਦਿਖਾ ਦੇ ਇੱਥੇ ਰੱਖ, ਜਿੱਦਾਂ ਦਾ ਆਪ ਜੱਟ ਬੱਲੀ ਜੱਟ ਬਿੱਲੋ ਨਾਲ ਕਮਾਲ ਦੀ ਗੱਲ ਆ ਵੀ 2-ਸੀਟਰ ਗੱਡੀ ਲੈ ਹੀ ਆ ਉੱਤੇ, ਉਹ ਤਾਂ ਇਹੋ ਜਿਹੀਆਂ ਹੁੰਦੀਆਂ ਨੀ ਸੀਗੀਆਂ, ਸੀਗੀਆਂ ਹਿਚਕੀਆਂ ਲੱਗ ਗਈਆਂ ਰਵੀ ਨੂੰ। ਸੋ ਜੀ ਇਹ ਸੀਗੀ ਅੱਜ ਦੀ ਵੀਡੀਓ, ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰਿਓ। ਮੇਰੀ ਤਾਂ ਐਨਰਜੀ ਘੱਟ ਸੀ, ਮੈਂ ਤਾਂ ਸਵੇਰ ਦਾ ਭੱਜ ਦੌੜ 'ਚ ਲੱਗਿਆ ਹੋਇਆ ਸੀਗਾ, ਬਾਹਲੇ ਜ਼ਿਆਦਾ ਕੰਮ ਸੀ, ਬਾਅਦ 'ਚ ਆ ਕੇ ਸ਼ਾਮ ਨੂੰ ਵਲੌਗ ਸ਼ੁਰੂ ਕੀਤਾ। ਕੀ ਹੋ ਗਿਆ, ਮੰਮੀ ਕਹਿ ਰਹੇ ਨੇ ਮੇਰੀ ਸ਼ਕਲ ਕਿਸੇ ਨਾਲ ਮਿਲਦੀ ਹੈ, ਮੈਂ ਤੁਹਾਨੂੰ ਦੱਸਣਾ ਨਹੀਂ ਹੈਗਾ। ਬਸ ਜੀ ਪੈਕਿੰਗ ਹੋ ਗਈ, ਹੋਪਫੁਲੀ ਸਾਰਾ ਸਫ਼ਰ ਵਧੀਆ ਜਾਊਗਾ। ਪਿਛਲੇ ਕੁਛ ਦਿਨਾਂ ਤੋਂ ਮੈਂ ਬਹੁਤ ਜ਼ਿਆਦਾ ਥੱਕਿਆ ਹੋਇਆ, ਨੀਂਦ ਬਹੁਤ ਘੱਟ ਆਈ ਆ, ਆਹ ਵਾਲੀ ਵੀਡੀਓ ਵੀ ਹਲੇ ਐਡਿਟ ਕਰਨੀ ਆ, ਮੈਂ ਹੁਣ ਐਡਿਟ ਕਰਕੇ ਫਿਰ ਸੌਂ ਜਾਣਾ, ਫਿਰ ਮੈਂ ਆਰਾਮ ਨਾਲ ਉੱਠੂੰਗਾ ਅਤੇ ਸਵੇਰੇ ਆਪਾਂ ਫਿਰ ਆਪਣਾ ਲਾਸਟ ਡੇ ਇਨ ਇੰਡੀਆ ਆਫ ਦਿਸ ਟ੍ਰਿਪ ਸ਼ੁਰੂ ਕਰਾਂਗੇ। ਮਿਲਦੇ ਹੀ ਤੁਹਾਨੂੰ ਅਗਲੀ ਵੀਡੀਓ ਵਿੱਚ, ਤਦ ਤੱਕ ਸਾਰਿਆਂ ਨੂੰ ਲਵ ਯੂ, ਟੇਕ ਕੇਅਰ ਅਤੇ ਬਾਏ।